ਕਿਆ ਹੈ ਦਾ ਇਹ ਦੇਖੋ ਦੇਖਦੇ ਮੈਂ ਲੱਸੀ ਦਾ ਪੁੱਤ ਅੱਲਾ ਖੁਸ਼ ਰੱਖੇ ਬੜੀ ਮਿਹਰਬਾਨੀ ਯਾਰ ਮੈਂ ਜਾਂਦੇ ਤਾਂ ਅੱਛਾ ਜੇ ਅੱਲਾ ਤੇ ਕੋਹਮ ਦੇਵੇ ਮਿਹਰਬਾਨੀ ਸੀ ਮਿਹਰਬਾਨੀ ਮਿਹਰਬਾਨੀ ਇਹਨ ਗੁੱਜਰ ਵਾਲੇ ਬੇਬੀ ਰਸ ਮੈਂ ਕਿਤੇ ਮੌਲੀ ਸਾਹਿਬ ਅੱਡੋ ਪਾ ਮੈਂ ਆਪਣਾ ਸਵੇਰੇ ਨਾਸ਼ਤੇ ਟਾਈਮ ਕਰਨਾ ਪਾ ਰਾਤ ਦਾ ਰੋਟੀ ਦੇ ਬਾਅਦ ਚਿਰਕੇ ਕਿਉਂਕਿ ਚਿਰਕਤੀ ਜਾਗਦਾ ਰਹੇ ਨਾ ਨਿੰਦਰ ਨਹੀਂ ਆਉਂਦੀ ਮਤਲਬ ਖੀਰ ਲਾ ਥਾਂ ਆਉਂਦੇ ਚਾਹ ਬਣਾ ਤੇ ਪਾ ਸਵੇਰੇ ਪਾ ਸ਼ਾਮ ਦਾ ਵਾਲਾ ਜਿਹਦੇ ਖਾਵੇ ਨਾ ਚੰਗੇ ਨੇ ਮਾਸ਼ਾ ਅੱਲਾ ਤੁਸਾਂ ਕੋਈ ਬਿਰਾਗੀ ਨੇ ਤਾਂ ਮੌਲੀ ਸਾਹਿਬ ਅੱਡੋ ਆਏ ਪੈਣ ਬੇ ਕਿੱਥੇ ਆਏ ਪੈਣ ਪਤਾ ਕਿ ਨਹੀਂ ਲੇਕਿਨ ਮੌਲੀ ਸਾਹਿਬ ਅੱਡੋ ਮੇਰਾ ਖਾਤਾ ਮੈਂ ਉੱਥੋਂ ਕਹਿੰਦੇ ਰਹਿਣਾ ਅਸਲਾਮ ਵਾਲੇਕੁਮ ਕਿਆ ਹਾਲ ਹੈ ਦੋਸਤੋ ਠੀਕ ਹੋ ਮੈਂ ਮੁਹੰਮਦ ਅਦਨਾਨ ਗਾਜ਼ਰ ਤੋਂ ਸਾਡੇ ਦੇਖੋ ਆਪਣਾ ਯੂਟਿਊਬ ਚੈਨਲ ਨੌਸ਼ਹਿਰਾ ਵਿਲੇਜ ਮੈਂ ਉਮੀਦ ਕਰਨਾ ਸਾਰੇ ਦੋਸਤ ਖੈਰੀਅਤ ਨਾਲ ਹੋ ਸੋ ਅੱਲਾਹ ਪਾਕ ਤੁਸਾਂ ਸਾਰਿਆਂ ਨੂੰ ਹਮੇਸ਼ਾ ਸਲਾਮਤ ਰੱਖੇ ਆਮੀਨ ਯਾ ਰੱਬੁਲ ਆਲਮੀਨ ਅੱਜ ਜਿਹੜੀ ਗਰਮੀ ਹੈ ਮੇਰੇ ਨਾਲ ਜਿਹੜਾ ਹਾਲ ਥਿਆ ਵਾ ਤੇ ਮੇਰੇ ਕੋ ਪਤਾ ਹੈ ਅੱਲਾਹ ਤਾਲਾ ਕੋ ਪਤਾ ਹੈ ਤੁਸਾਂ ਬਿਰਾਂ ਕਿਤੇ ਮੈਂ ਅੱਜ ਮੇਰੀ ਗਾਡੀ ਰਹੀ ਕਹਿਣਾ ਮੈਂ ਵਾਲਾ ਪੈਦਲ ਗਿਆ ਪੂਰਾ ਵਿਲਾਗ ਸਾਰਾ ਪੈਦਲ ਬਣਿਆ ਮੀ ਹੁਣ ਇਹ ਦੇਖੋ ਸੂਰਜ ਪਤਾ ਨਾ ਤਰਾਏ ਪਤਾ ਨਹੀਂ ਕਹਿਣਾ ਸੂਰਜ ਦੀ ਇਤਨੀ ਤਪੇਸ਼ ਹੈ ਇਹਦੇ ਪਿਓ ਬਹੁ ਜਿਹੜੇ ਠੀਕ ਗਏ ਨਾ ਅਸੀਂ ਅਤੇ ਵਿਲਾਗ ਕਹਿਣਾ ਬਣਾਇਆ ਅਸੀਂ ਚਾਰ ਪੰਜ ਜਿਹੜੇ ਠੀਕ ਹਨ ਅੱਜ ਮੈਂ ਕਿਹਾ ਨੁਸ਼ਹਿਰਾ ਗਰਬੀ ਦਾ ਵਿਲਾਗ ਬਣਾਉਂ ਡਰਾਮੇ ਕੋ ਦਿਖਾ ਲੂੰ ਇਨਸ਼ਾ ਅੱਲਾ ਬਟਨ ਯਾਰ ਖੋਲਵੇਂ ਦੇ ਭਾਵੇਂ ਮੈਂ ਆਪ ਖੋਲੇ ਮੀ ਗਰਮੀਆਂ ਨਹੀਂ ਵਜਾ ਕੇ ਨੂੰ ਵਿਲੇਜ ਲਾਈਫ ਸਾਡੇ ਆਪਣੇ ਨੁਸ਼ਹਿਰਾ ਗਰਬੀ ਦੀ ਤੁਸੀਂ ਬਿਰਾ ਦਿਖਾਇਆ ਯਾਰ ਮਿਹਨਤ ਕੀਤੀ ਬਹੁ ਜ਼ੋਰ ਦੀ ਗਰਮੀ ਗਿਆ ਯਾਰ ਬਹੁਤ ਸ਼ੁਕਰੀਆ ਅਸਲਾਮ ਵਾਲੇਕੁਮ ਰਹਿਮਤੁੱਲਾ ਚਾਚਾ ਬਣੀ ਪਈ ਦੂਧਪਤੀ ਦੂਧਪਤੀ ਬਣੀ ਪਈ ਹਾਂ ਅਲਟਰਾ ਰਿਚ ਲਾਚਾ ਨਹੀਂ ਖਾਣ ਲਾਚਾ ਸੁਟੇ ਨਾ ਰਹਿੰਦੇ ਚਾਚਾ ਹੋਰੇ ਕਾ ਵਾਹ ਭਾਈ ਵਾਹ ਹੱਥ ਖੋਲਾ ਹੱਥ ਖੋਲਾ ਨਹੀਂ ਭਾਈ ਕਿਉਂ ਲੈਣਾ ਪਿਆ ਮਾਮਾ ਇਹ ਠੀਕ ਹੈ ਚੋਰ ਅੱਛਾ ਸਾਲਾ ਨਿਕਲ ਗਏ ਸਾਲ ਅੱਛਾ ਚੋਰ ਅੱਛਾ ਹੱਥ ਨਾ ਚੜਿਓ ਅੱਲਾਹ ਅਕਬਰ ਨਾ ਨਾ ਮਾਮਾ ਸੂਬੇਦਾਰ ਜਵਾਨ ਤੇ ਚੰਗਾ ਯਾਰ ਬੁੱਢੀ ਰੌਣਕ ਯਾਰ ਮੁਲੇਰ ਅਸੀਂ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਠੀਕ ਹੋ ਸੀ ਤਬੀਅਤ ਠੀਕ ਹੈ ਅਲਹਮਦੁਲਿਲਾ ਸ਼ੁਕਰ ਹੈ ਅੱਜ ਰਾ ਗੋਸ ਨਹੀਂ ਥੇਕੜੀ ਮੁਲੇਰ ਹਾਂ ਗੋਦਾ ਵਾਕੀ ਬਿਲਕੁਲ ਨਹੀਂ ਹੈ ਕਹਿ ਨਾ ਹਵਾ ਦੀ ਜ਼ਰੀ ਹੈ ਹਵਾ ਦੀ ਜ਼ਰੀ ਕਰੀ ਹਾਲਾਂਕਿ ਦੇਖ ਅਸਮਾਨ ਹੀ ਬਿਲਕੁਲ ਸਾਫ ਹੈ ਨਾ ਜੋੜੇ ਨਾ ਕਸ਼ਰ ਪਾਤਰੀ ਕਹਿ ਨਹੀਂ ਚੁੱਲਾ ਖੜਾ ਮੈਂ ਕਹਿ ਨਾ ਸਹੀ ਆ ਕਿ ਮੁਲੇਰ ਅੱਲਾ ਖੁਸ਼ ਹੈ ਵੀ ਕੋਈ ਹੁਕਮ ਮੇਰੇ ਲੈ ਖੈਰ ਹੋਏ ਨਹੀਂ ਆਜ਼ਮਾਨ ਸਲਾਮਤ ਰਹੋ ਇਹ ਆਦਾ ਬਾਹਰ ਹੈ ਦੁਬਰੇ ਦੇ ਪਿਓ ਇਹ ਬਾਹਰ ਦਾ ਮਾਹੌਲ ਹੈ ਦੁਬ ਦਾ ਇਹ ਬਾਰਿਸ਼ ਦਾ ਪਾਣੀ ਆ ਜਾਣੀ ਖੜੇ ਥਿਆ ਯਾਰ ਇਹ ਮੀਂਹ ਬਾਰਿਸ਼ ਦਾ ਪਾਣੀ ਦੇ ਆਉਂਦੇ ਵਾਲਾ ਇਹ ਫੁੱਲ ਥੀ ਵੇਂਦੇ ਅੱਛਾ ਸ਼ੁਕਰ ਹੈ ਅੱਲਾਹ ਪਾਕ ਨੇ ਕਹੀਂ ਗੁਜ਼ਰੀਆ ਬਣਿਆ ਇਹ ਸੈਂਟਰ ਜੋ ਪਹਿਲੇ ਜਿਹੜਾ ਨਾ ਇਹ ਰੱਸੀ ਦਾ ਰਸਤਾ ਕਹਿਣਾ ਹਾਂ ਵਿੱਚ ਸ਼ਾਰਟਕਟ ਮਾਰਨ ਵਾਲਾ ਇਹ ਸਾਰਾ ਪਾਣੀ ਪਾਣੀ ਆ ਨਾ ਅਤੇ ਉਹ ਉਹ ਫਿਰ ਤੇ ਵੇਣਾ ਪਾਉਂਦਾ ਉਹ ਉਦੋਂ ਚਾਚੇ ਗਫੂਰ ਸ਼ਾਹ ਦੀ ਵਿਸਾਖ ਨੂੰ ਅਤੇ ਉਦੋਂ ਜਿਹੜੀ ਲੱਠ ਵੇਂਦੀ ਪਈ ਉਹਨੂੰ ਵੇਣਾ ਪਾਉਂਦਾ ਲੇਕਿਨ ਹੁਣ ਅਲਹਮਦੁਲਿਲਾ ਅੱਲਾਹ ਨੇ ਕਹੀਂ ਗੁਜ਼ਰੀਆ ਬਣਿਆ ਅਤੇ ਰਸਤੇ ਸਾਰਾ ਬਣ ਗਏ ਰਸਤਾ ਬਣਾ ਗਏ ਉਹ ਸਿੰਘ ਕੀ ਹਾਲ ਹੈ ਠੀਕ ਹੋ ਭਈਆ ਅੱਲਾਹ ਖੁਸ਼ ਰੱਖੀ ਖੈਰ ਹੋਵੇ ਗਰਮੀ ਹੈ ਅੱਜ ਅੱਜ ਯਾਰ ਗੋਸ ਹੈ ਜ਼ੋਰ ਦੀ ਮੈਂ ਅੱਜ ਕੋਸ਼ਿਸ਼ ਕੀਤੀ ਮੈਂ ਯਾਰ ਚੌਥਾ ਪੰਜਵਾਂ ਜੜੇ ਵਿਲਾ ਕੈਂਸੇ ਬਣਾਇਆ ਨੁਸ਼ਹਿਰਾ ਗਰਬੀ ਦਾ ਬਿਲੇ ਦੋਸਤ ਬਿਰਾਮੇ ਕੋ ਦਿਖਾ ਲੂੰ ਸੀ ਹੁਣ ਬਾਹਰ ਦਾ ਮਾਹੌਲ ਬਿਲੀ ਗਰਮੀ ਬਹੁ ਹੈ ਅੱਲਾਹ ਖੁਸ਼ੀਆਂ ਦੇ ਵੀ ਕੋਈ ਹੁਕਮ ਸਲਾਮਤ ਰਹੋ ਅੱਲਾਹ ਕਰੇ ਬੜੀ ਮਿਹਰਬਾਨੀ ਕਰੇ ਚਲੋ ਯਾਰ ਗਰਮੀ ਸੁਣੀ ਵੇ ਕਿਤਨਾ ਜ਼ਿਆਦੀ ਹੈ ਮੇਰਾ ਮੈਂ ਮੇਰੇ ਕੱਪੜੇ ਪੂਰੇ ਸ਼ਰਾਬੂਰ ਤੀ ਯਾਰ ਵਾਲੇਕੁਮ ਅਸਲਾਮ ਸਰ ਸਰ ਤਾਬੇਦਾਰ ਸਰ ਤਾਬੇਦਾਰ ਉਹ ਸੈਂਟਰ ਦੇ ਰਸਤਾ ਰਹਿੰਦੇ ਪਿਓ ਸ਼ੁਕਰ ਹੈ ਅੱਲਾਹ ਨੇ ਕਹੀਂ ਗੁਜ਼ਰੀਆ ਬਣੇ ਸਹੀ ਕਾਰੀ ਸਾਹਿਬ ਬਿਸਮਿਲਾ ਖੈਰ ਹੋਵੇ ਸੀ ਖੈਰ ਇਹ ਸਬਜ਼ੀ ਦੀ ਦੁਕਾਨ ਮਾਸ਼ਾਅੱਲਾ ਬਾਹਰੋਂ ਲੱਗ ਗਈ ਹੈ ਨਾਲ ਨਾਲ ਹਮਸਾਇਆਂ ਕੋ ਆਸਾਨੀ ਥੀ ਗਈ ਨਾ ਅਸੀਂ ਇਹਨਾਂ ਦੇ ਸ਼ਹਿਰ ਵੜਨਾ ਪਾਉਂਦਾ ਹਾਂ ਔਰ ਦੁਕਾਨਾਂ ਵੀ ਹਨ ਪਿਆ ਕਰਿਆਨੇ ਦੀ ਦੁਕਾਨ ਵੀ ਹੈ ਪਈ ਮਾਸ਼ਾਅੱਲਾ ਅਸਲਾਮ ਵਾਲੇਕੁਮ ਰਹਿਮਤੁੱਲਾ ਸਰ ਤਾਬੇਦਾਰ ਆ ਮਾਲਿਕ ਰਾਮ ਗਰਮੀ ਹੈ ਅੱਜ ਮਿਹਰਬਾਨੀ ਮਿਹਰਬਾਨੀ ਅੱਧਾ ਕੀ ਹਾਲ ਹੈ ਠੀਕ ਹੋ ਤਬੀਅਤ ਠੀਕ ਹੈ ਸਲਾਮਤ ਰਹੋ ਖੈਰ ਹੋਏ ਕੀ ਹਾਲ ਹੈ ਭਈਆ ਜੀ ਹਾਂ ਯਾਰ ਅੱਜ ਵਿਲਾਗ ਬਣਾਉਣਾ ਨੁਸ਼ਹਿਰੇ ਦਾ ਕੀ ਕਹਿਣਾ ਬਈ ਨਾ ਨਾ ਇੱਕ ਰਾਮ ਨਹੀਂ 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 ਨਾ ਨਾ ਇਹ ਰੋਡ ਸਿੱਧਾ ਦਾ ਸਿੱਧਾ ਟੀ ਵੀ ਸੁਲ ਗਈ ਦਾ ਮੈਂ ਤਾਂ ਮਾਸ਼ਾਅੱਲਾ ਰੋਡ ਬਣ ਕੇ ਟੀ ਵੀ ਸੁਲ ਗਈ ਦਾ ਸਾਹਮਣੇ ਸਿੱਲੇ ਦਾ ਇਹਦੇ ਪਿਓ ਜਿਹੜਾ ਟਾਲ ਲੱਗਾ ਪਿਆ ਸਿੱਲੇ ਦਾ ਇਹ ਬਾਦਸ਼ਾਹ ਦਾ ਸੀ ਕਾਰਪੇਟ ਰੋਡ ਬਣਿਆ ਪਿਆ ਮਾਸ਼ਾਅੱਲਾ ਆਖਿਰ ਤੱਕ ਮੈਂ ਰੁਗਾਰੀ ਕਹਿ ਨਹੀਂ ਲੇਕਿਨ ਆਇਆ ਟੁਰਦਾ ਵਾ ਤਾਂ
पता को नहीं आई है पता क्या ये जा दे दे पियो पानी पानी है बिच सही नहीं थी पिदरा चलो अगू तो जुलदू हूँ। अच्छा माशाल्लाह ये देखो सी मुहर्रम शरीफ करीब थी ना दे और ये पत्थर भी आ गए ये पता नहीं कितने कट्टा देने पेन कट्टे भर भरते हैं ये निका भरे ना खड़ा गए पिया ताबेदार मामा अल्लाह खुश रखे खैर हो भाई। ये फूल दरखाने से सारा दोस्त ये हुंदी दुकान है माशाल्लाह वह दस सिर के डिटा भी तो उथे रखी गई बज गया कि यार मैं बेच नहीं आता। अच्छा इतना माशाल्लाह पंचर वगैरह की दुकान है पई बारू ये चाचा गफूर शाह विसाख है वो भी तो कुछ खा लिया मैं वो जाए हूं दी आई तो इतना कर पहले जंगल कर जंगल आता वो पानी वाली टैंकी खड़ी है हूँ मेरे ख्याल दरख्त कट सटे ने। अच्छा माशाल्लाह ये दुकान जेड़े ना सीमेंट वगैरह लाते एडे वाला पैंप ये नीलियां कुपियां नवियां ये किराए ते भी मिलते हैं ये हाजी अकबर दा असीं खड़े सी। हाजी साहब अस्सलाम वालेकुम अल्हम्दुलिल्लाह हाजी साहब अल्लाह खुश रखी खैर हो भी सलामत रहो। अच्छा न मतलब नवियां जीरो ही खेन सकते बंदा अच्छा माशाल्लाह अच्छा हाँ हार्डवेयर ही है माशाल्लाह अच्छा दाज वाला रेट थे वेपर वगैरह ये बैतुलखला के पार्ट वगैरह जो थी गए बेसन वगैरह थी गया ये अंदर ये उस सारी तरह के जो कम होने ये भी हैं पे माशाल्लाह ये छत के शापर वगैरह जो सटे वो भी हैं ये पानी वाले नल दे एल्बो वगैरह सब चीज़ है पे माशाल्लाह बिल्कुल दाज वाले सहूलत है सही थिंक यार दाज मैंने जरूरत कह नहीं हर चीज़ अपने नुशार अगर भी अच्छी है माशाल्लाह मेरे दौत दी है केरे। अच्छा माशाल्लाह माशाल्लाह मैं रो देखा दाऊद मोहम्मद दाऊद ओ मोहम्मद दाऊद अच्छा माशाल्लाह अल्लाह खुश यार दुआ दे अपील करे अल्लाह पाक की तंदुरुस्ती अता फरमावे यार आमीन। क्या हाल भैया ठीक हो तो भी ठीक है अल्लाह खुश रखे खैर भाई साहब कोई हुक्म से मेरे लायक सलामत रहो सी बड़ी मेहरबानी है सर ठीक हो भैया खैर हो भैया था। अच्छा माशाल्लाह वाला हाई साहब के नाले पेट्रोल पंप भी है पे आई थी पेट्रोल वगैरह मिल पे अल्हम्दुलिल्लाह और हूँ नाल ये सिलें का अपना टाल वगैरह है सिलां बजरी और टाइल्स वगैरह का भी है पे थी करी साहब टाइलों भी सब चीज़ थी मिल पी है अल्लाह ही कहीं रिज़ के बरकत फरमावे आमीन या रब्बुल आलमीन। हूँ मैं कब्रिस्तान के नेड़े आ गया कब्रिस्तान मैं जलन का वाल आया वाले साहब कि कह गया यार मैं वाले साहब कि वे ना फातिहा वगैरह पढ़ता इंशाल्लाह उस सामने पचा दी ईदगाह सही ए डू नाल कब्रिस्तान है कब्रिस्तान का यार चक्कर तुसा लगा गया करो क्यों इतना वो लोग दफन हैं जेड़े थोड़ी जी परेशानी या थोड़ी जी मतलब बिजली की गरज धमक थी इन सीता को अपने सीने ला केंद्र माशाल्लाह इतना घाह की दुकान ही लगी पी है ये दुकान है बारू। चलो हूँ मैं वेंदा पाया कब्रिस्तान तो कोई ईदगाह अंदर तो माहौल निकाल गए ना ये पचा दी ईदगाह है सी अंदर का माहौल है कहीं नहीं बने पे साथ खबर। अच्छा चाचा अब्दुल रहमान अच्छा अल्लाह पाक हूँ बख्शिश फरमावे आमीन या रब्बुल आलमीन बिस्मिल्लाह चाचा सलामत रहे अल्लाह करे अल्लाह खुशियाँ ता फरमावे। आधा फूल वाल नहीं तू अल्लाह खुश रखे क्या हाल है भैया सिंह ठीक हो तो भी ठीक है आधा अल्लाह खुश रखे मुझे क्या हाल है ठीक हो तो भी ठीक है क्या हाल है भैया अल्लाह खुश रखे खैर हो भाई कोल्ड ड्रिंक की बड़ी मेहरबानी यार सलामत रहो अल्लाह करे कोई हुक्म मेरे लिए कदा सलामत रहो त्रीय जान ये सी मिठे पानी वाली जी टीबी सुलगी चुनाव टैंकी ये वाल वगैरह लगे पेन ये एकदम ही मिक्स थी गया सारा ते कारी परवेज वहो चा साहब सिंह अल्लाह को जरिया बने माशाल्लाह ते हूँ ये सारा निज़ाम करवाए अल्लाह को खुशियाँ ता फरमावे आमीन या रब्बुल आलमीन। सारा मिक्स थी ना ना सी पानी ये गंदा पानी तो भला ये सारा पींदे पे सारे बंदे बीमार थी गया अल्लाह माफ़ करे वो सामने दे दे पे दुकान है वो मैं जूम करा वो सामने ओ ओ है जी ये हूँ रेस्ट हाउस है कारी परवेज होनी
ਇੱਥੇ ਪਹਿਲੇ ਢੇਰ ਸਾਰੇ ਰੂੜੀ ਹੁੰਦੀ ਹੁਣ ਮੇਰੇ ਖਿਆਲ 'ਚ ਮਕਾਨਾਤ ਵਗੈਰਾ ਵੱਧਦੇ ਪੈਂਦੇ ਨੇ ਦੇਖੋ ਦੁੱਬ ਤੇ ਸਹੀ ਵਾਲ ਸਲਾਮ ਰਮਦੁੱਲਾ ਅੱਛਾ ਇਹ ਮਾਸ਼ਾਅੱਲਾ ਮੁਹੱਲਾ ਬਹੁਤ ਚੇ ਬਿਰਾਮੇ ਦਾ ਉਸਤਾਦ ਖਾ ਰਹੇ ਉਸਤਾਦ ਉਸਤਾਦ ਠੀਕ ਹੋ ਤਾਬੇਦਾਰ ਤਾਬੇਦਾਰ ਕੀ ਹਾਲ ਭਈਆ ਠੀਕ ਹੈ ਖੈਰ ਹੋਈ ਉਸਤਾਦ ਬਿਲਾਲ ਸ਼ੋਦਾ ਜੰਭੀ ਹੋਏ ਪੇ ਬੁੱਢਾ ਤੀ ਗਏ ਤੁਣੀ ਕਿਹ ਨਹੀਂ ਜਹਾ ਬਣੇ ਨੇ ਪਿਓ ਅੱਛਾ ਹਾਜੀ ਨਸਰੂਦੀ ਮਾਸ਼ਾਅੱਲਾ ਮਾਸ਼ਾਅੱਲਾ ਹੁਣ ਹਰ ਇੱਕ ਦੇ ਮੁਹੱਲੇ ਆਪਣਾ ਟਫ ਟਾਇਲ ਲੱਗ ਗਈ ਹੈ ਗਲੀਆਂ ਬਣ ਗਈਆਂ ਗਰਮੀ ਦਾ ਅੰਦਾਜ਼ਾ ਲਓ ਸਾਈਂ ਗਰਮੀ ਦਾ ਦੇਖੋ ਗਰਮੀ ਕਿਤਨਾ ਮੈਂ ਗਾੜੀ ਕਹਿ ਨਹੀਂ ਵਾਲਾ ਮੈਂ ਟੁਰ ਟੁਰ ਤੇ ਬਰੇਂਦਾ ਵਾ ਇਹ ਮੇਰਾ ਮੁਲੇਰ ਮੁਲੇਰ ਅਜ਼ਮਤ ਕੀ ਹਾਲ ਮੁਲੇਰ ਠੀਕ ਹੈ ਖੈਰ ਸਲਾਈ ਪੱਖੀ ਬੰਦ ਅੱਜ ਹੈ ਪੀਜ਼ਾ ਅੱਛਾ ਅੱਛਾ ਹਾਂ ਮਾਸ਼ਾਅੱਲਾ ਸ਼ੁਕਰ ਹੈ ਅੱਲਾਹ ਪਾਕ ਦੇ ਅਹਿਸਾਨ ਹੈ ਅੱਲਾਹ ਖੁਸ਼ੀਆਂ ਤਾਂ ਫਰਮਾਵੇ ਤਾਂ ਖੈਰ ਹੋਈ ਇੱਥੋਂ ਸ਼ੁਰੂ ਥੀਂਦੀ ਹੈ ਮਾਰਕੀਟ ਸਿੱਧਾ ਇੱਥੇ ਇੱਕ ਨਵੀਂ ਦਰਜੀ ਦੀ ਦੁਕਾਨ ਹੀ ਲੱਗ ਗਈ ਹੈ ਮਾਸ਼ਾਅੱਲਾ ਇਹ ਸੁਨਾਰੇ ਦੀ ਹੈ ਇਹ ਪੁਰਾਣੀ ਦੁਕਾਨ ਹੈ ਚਾਚੇ ਆਯੂ ਮੋਚੀ ਦੀ ਇਹ ਰਿਆਜ਼ ਭਾਈ ਦੇ ਕੁਲਫੀ ਦੀ ਦੁਕਾਨ ਆਓ ਸਹੀ ਅਸਲਾਮ ਵਾਲੇ ਰਿਆਜ਼ ਭਾਈ ਕੀ ਹਾਲ ਹੈ ਠੀਕ ਹੋ ਤਬੀਅਤ ਠੀਕ ਹੈ ਅੱਲਾਹ ਖੁਸ਼ੀਆਂ ਤਾਂ ਫਰਮਾਵੇ ਸਲਾਮਤ ਰਹੋ ਮਾਸ਼ਾਅੱਲਾ ਕਾਂਚੀ ਕੁਲਫਾ ਦੋਹੇ ਇਕੱਠੇ ਸੀ ਮਾਸ਼ਾਅੱਲਾ ਕਹੀ ਹਾਲ ਹੈ ਜੀ ਟੋਪੀ ਤੇ ਗਿਆ ਮੈਂ ਅੱਛਾ ਅੱਛਾ ਅੱਲਾਹ ਖੁਸ਼ ਰੱਖੀ ਤਾਰਕ ਬਿਸਮਿਲ੍ਲਾ ਤਾਬੇਦਾਰ ਤਾਬੇਦਾਰ ਖੈਰ ਹੋਵੀ ਸਨਾਟਾ ਹੈ ਠੀਕ ਹੈ ਜੀ ਖੈਰ ਹੋਵੇ ਅਲਹਮਦੁਲਿਲਾ ਕੀ ਹਾਲ ਹੈ ਚਾਚਾ ਠੀਕ ਹੋ ਅੱਲਾਹ ਖੁਸ਼ ਰੱਖੀ ਕੌਣ ਬਣੀ ਪਏ ਪਕੌੜੇ ਸਮੋਸੇ ਆਲੂ ਵਾਲੇ ਚਿਪਸ ਹੈ ਪਕੌੜੇ ਮਿਲਸੇ ਹਨ ਸਮੋਸੇ ਹਨ ਸੈਫਲਾ ਕੀ ਹਾਲ ਹੈ ਠੀਕ ਠਾਕ ਗਰਮੀ ਹੈ ਹਾਂ ਮੇਰੇ ਗੱਲ ਵੇ ਅਬੂ ਬਕਰ ਆਇਆ ਗਿਣਗੇ ਗਰਮੀ ਦੇਖੋ ਫਿਰ ਚੋ ਪਸੀਨਾ ਪਸੀਨਾ ਤਿਆਗੜੀਆਂ ਕਿਹੜੇ ਗਏ ਅਬੂ ਰੋਟੀ ਖਾਂਦਾ ਪਿਆ ਕਿਤੇ ਅੰਦਰੋਂ ਬਾਕਰਾ ਖਾਂਦਾ ਪਿਆ ਕਿ ਲੋਕ ਤੇ ਖਾਂਦਾ ਪਏ ਹੁਣ ਤਾਜ਼ੀ ਚਾਹੋ ਸਬਜ਼ੀ ਮਾਸ਼ਾਅੱਲਾ ਕਿਆ ਦਹੀ ਹੈ ਖੋਲ ਹਾਂ ਮਾਸ਼ਾਅੱਲਾ ਦਹੀ ਚਿਰ ਵੀ ਉਹ ਬਣੀ ਲਾਤੀ ਹੈ ਕਿਹਦਾ ਪੁੱਤਰ ਹੈ ਅਬਦੁਲ ਰਹਿਮਾਨ ਜੇਕੂ ਖਾਨ ਆ ਦੇਣ ਅੱਛਾ ਅੱਛਾ ਗਰਮੀ ਹੈ ਕਿਆ ਸਟੈਂਕ ਪੀਨੇ ਕਰੋ ਗਰਮੀ ਜ਼ੋਰ ਹੈ ਸਾਹਿਬ ਕਹਿ ਨਾ ਮਰਦੂ ਅੱਲਾ ਖੈਰ ਕਰੇ ਕੀ ਹਾਲ ਹੈ ਚਾਚਾ ਠੀਕ ਹੈ ਹਯਾਤੀ ਹੋ ਵੀ ਹਟੀ ਮੈਂ ਤਾਂ ਆ ਤਾਜ਼ੀ ਮਿਠਾਈ ਦਿਖਾ ਲਾਂ ਸੀ ਇਹ ਗੋਦਾ ਮੁਹੰਮਦ ਇਮਤਿਆਜ਼ ਸ਼ੇਖ ਸਾਹਿਬ ਠੀਕ ਹੋ ਠੀਕ ਹੋ ਗਏ ਸ਼ੁਕਰ ਹੈ ਅੱਲਾ ਪਾਕ ਦੇ ਅਹਿਸਾਨ ਹੈ ਖੈਰ ਹੋਈ ਕਿਆ ਬਣੀ ਪੀ ਤਾਜ਼ਾ ਅੱਜ ਚੀੜਾ ਬਣਾਇਆ ਤੇ ਗੋਦਾ ਖੀਰ ਬਣਾਇਆ ਬਣਾਇਆ ਫੇ ਤਾਜ਼ਾ ਹੈ ਬਹੁਤ ਧਾੜ ਵੇ ਮਾਸ਼ਾਅੱਲਾ ਖੀਰ ਪੇੜੇ ਸੁਭਾਨ ਸੱਟ ਉਹ ਬੁਰਾ ਸੱਟ ਸੱਟੇ ਨਾ ਪਿਆਵੇਂ ਗਰੀ ਦੇ ਵਿੱਚ ਮੇਰੇ ਕੋਲ ਬਦਾਮ ਕੋ ਪਿਸਾ ਕੀਤੇ ਪਿਸੀ ਕੀਤੀ ਬਿਨਾ ਕੋਟੇ ਸੱਟੇ ਨੂੰ ਮਾਸ਼ਾਅੱਲਾ ਨਿਸ਼ਾਰੇ ਦੇ ਖੀਰ ਪੜੇ ਮਾਸ਼ਾਅੱਲਾ ਬਹੁਤ ਮਸ਼ਹੂਰ ਹਨ ਸਾਊਦੀ ਅਰਬ ਦੁਬਈ ਵਾਲੇ ਫਿਰ ਇੱਥੋਂ ਤੈਨੂੰ ਕਹਿੰਦੇ ਵੇਂਦੇ ਜਿਹੜਾ ਵੇਂਦੇ ਸਾਊਦੀ ਅਰਬ ਦੁਬਈ ਦਾਜਲ ਦਾ ਖਾਲੀ ਨਾ ਹੈ ਵਾਕੀ ਆ ਸਹੀ ਆ ਕੀ ਵਾਕੀ ਵਾਕੀ ਯਾਰ ਸਹੀ ਕਹਿੰਦਾ ਪੁੱਤ ਰਹੀ ਸਾਬਿਰ ਯਾਰ ਦਾ ਮਾਸ਼ਾਅੱਲਾ ਹਯਾਤੀ ਹੋਈ ਮਿਹਰਬਾਨੀ ਖੁਦਾ ਅੱਲਾਹ ਖੁਸ਼ ਰੱਖੀ ਤਾਬੇਦਾਰ ਬਿਆ ਠੀਕ ਹੋ ਨਫੀਸ ਰਹਿਮਾਨ ਮਾਸ਼ਾਅੱਲਾ ਅਲਹਮਦੁਲਿਲਾ ਕੀ ਹਾਲ ਹੈ ਠੀਕ ਠਾਕ ਅੱਲਾਹ ਖੁਸ਼ ਰੱਖੀ ਅਸੀਂ ਨਫੀਸ ਰਹਿਮਾਨ ਹੈ ਸਹੀ ਸਾਰਾ ਕਲਾਸ ਵਾਲਾ ਆਪਣਾ ਭਰਾ ਹੈ ਅੱਲਾਹ ਖੁਸ਼ ਰੱਖੇ ਅਸੀਂ ਚੇਲਾ ਤਕੜਾ ਤੋਰੀ ਅੱਲਾਹ ਖੁਸ਼ ਰੱਖੇ ਚਾਹ ਵਰੰਗ ਉਹਦਾ ਨਾਗ ਨਾ ਵਰਤੇ ਅੱਲਾਹ ਖੁਸ਼ ਰੱਖੀ ਅੱਲਾਹ ਖੁਸ਼ ਰੱਖੀ ਖੈਰ ਹੋਵੇ
ਨਾਲ ਗੰਨੇ ਵਾਲੀ ਮਸ਼ੀਨ ਹੀ ਹੈ ਪਈ, ਨਾਲ ਬਰਫ਼ ਵੀ ਰੱਖੀ ਪਈ ਮਾਸ਼ਾ ਅੱਲਾ। ਕਿਆ ਹੈ ਦਾ ਅੱਲਾ ਖੁਸ਼ ਰੱਖੀ, ਬੜੀ ਮਿਹਰਬਾਨੀ ਯਾਰ, ਅੱਲਾ ਤੇ ਕੋ ਹਮ ਦੇਵੇ, ਮਿਹਰਬਾਨੀ ਸੀ ਮਿਹਰਬਾਨੀ।